ਹਾਂਜੀ ਫਿਰ ਕਿਵੇਂ ਹੋ ਸਾਰੇ ਜਾਣੇ ਉਮੀਦ ਕਰਦੇ ਆਂਗੀ ਠੀਕ ਠਾਕ ਹੋਵੋਗੇ ਸਾਰੇ ਵੀਰਾਂ ਦਾ ਕਰਦੇ ਆਂ ਤਹਿਤੋਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਵਯਾਰ 2 ਦੇ ਉੱਪਰ ਤੇ ਅੱਜ ਤੁਹਾਡੇ ਕਹਿਣ ਦੇ ਬਾਅਦ ਉੱਪਰ ਲੈ ਕੇ ਆ ਚੁੱਕੇ ਆਂ ਜੀ ਸਵਰਾਜ 855 ਦੀ ਬੰਪਰ ਸੇਲ ਸਭ ਤੋਂ ਜ਼ਿਆਦਾ ਯਾਨਕੀ ਵੱਡੀ ਸੇਲ ਹੋਊਗੀ ਇਹ ਆਪਣੇ ਚੈਨਲ ਦੇ ਉੱਪਰ ਕਿਉਂਕਿ 12 ਟਰੈਕਟਰਾਂ ਮੈਂ ਪਹਿਲੀ ਵਾਰ ਸਵਰਾਜ ਲੈ ਕੇ ਆਇਆ 11 12 ਕ ਹੈਗੇ ਆ ਤਾਂ ਵੀ ਤੇ ਬਾਕੀ ਚ ਆਪਾਂ ਸਾਰੀ ਟਰੈਕਟਰਾਂ ਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਸਾਰੀ ਡਿਟੇਲਸ ਤੁਹਾਨੂੰ ਦਵਾਂਗੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਨੰਬਰ ਕਰ ਲਓ 98740945620 ਸਬਸਕ੍ਰਾਈਬ ਜਰੂਰ ਕਰਿਓ ਕਰਦੇ ਆਂ ਜੀ ਵੀਡੀਓ ਸ਼ੁਰੂ ਦਿਨੇ ਆਪਾਂ ਤੁਹਾਨੂੰ ਸਾਰੇ ਟਰੈਕਟਰਾਂ ਦੀ ਡਿਟੇਲ ਜਿਹੜਾ ਟਰੈਕਟਰ ਤੁਹਾਨੂੰ ਇਸ ਟਾਈਮ ਸਕਰੀਨ ਦੇ ਉੱਪਰ ਸ਼ੋਅ ਹੁੰਦਾ ਪਿਆ 855 ਇਹ ਟਰੈਕਟਰ ਦਾ ਮਾਡਲ ਹੈਗਾ ਜੀ 2017 2017 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ਼ ਪਿਆ ਹੋਇਆ ਓਕੇ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਮਾਲਕ ਵੀਰਾਂ ਦੇ ਦੱਸਣ ਅਨਸਾਰ ਤੇ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਜੀ 545000 ਰੁਪਿਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਦੇ ਨਾਲ ਹੈ ਟਰੈਕਟਰ ਵਾ ਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਦਿੱਤੀ ਗਈ ਆ ਭਰਾਵਾਂ ਵੱਲੋਂ ਕੋਈ ਕੰਮ ਨਹੀਂ ਭਾਲਦਾ ਮੈਸਤਰੀ ਲਿਜਾ ਕੇ ਚੈੱਕ ਕਰਕੇ ਵਾ ਕੇ ਖਰੀਦ ਸਕਦੇ ਹੋ ਤੇ ਮਾਲਕਾਂ ਦੇ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਤੁਹਾਨੂੰ ਇਹਨਾਂ ਨੰਬਰਾਂ ਦੇ ਫੋਨ ਲਾ ਕੇ ਜਾਂ ਫਿਰ ਵਟਸਐਪ ਦੇ ਉੱਪਰ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਇੱਕ ਭਰਾ ਉਹ ਜਿਹੜਾ ਆਪਾਂ ਕੱਲ ਅਰਜਨ ਟਰੈਕਟਰ ਪਾਇਆ ਸੀ ਨਾ ਰਾਤੀ 15 ਮਾਡਲ ਉਹ ਸੇਲ ਹੋ ਗਿਆ ਅੱਜ ਸਵੇਰ ਹੀ ਸੇਲ ਹੋਇਆ ਚੈਨਲ ਤੋਂ ਤੇ ਆਪਣੇ ਸਬਸਕ੍ਰਾਈਬਰ ਹੀ ਸੀਗੇ ਉਹਨਾਂ ਨੇ ਖਰੀਦਿਆ ਵਾ ਤੇ ਉਹਨਾਂ ਵਾਸਤੇ ਫੋਨ ਨਾ ਲਾਇਓ ਭਰਾਵਾਂ ਨੂੰ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਦੂਜਾ 855 ਇਹ ਹੈਗਾ ਜੀ 2016 ਮਾਡਲ 2016 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ਼ ਪਿਆ ਹੋਇਆ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਪੂਰੀ ਸੁਹਾਈ ਵਾਲੀ ਕੰਡੀਸ਼ਨ ਦੇ ਵਿੱਚ ਪਿਆ ਸਾਰਾ ਟਰੈਕਟਰ ਦਾ ਰੰਗ ਰਿਜਨਲ ਆ ਕਿਤੋਂ ਰੰਗ ਦੁਬਾਰਾ ਨਹੀਂ ਮਰਾਇਆਗਾ ਪੂਰੀ ਸੁਹਾਈ ਵਾਲੀ ਕੰਡੀਸ਼ਨ ਹੈ ਜੀ ਟਰੈਕਟਰ ਦੀ ਰੱਖੀ ਹੋਈ ਕੰਬਰਾਂਡੇ ਦੇ ਵਿੱਚ ਖੜਦਾ ਵਾ ਕੋਈ ਛੋਟ ਉੱਪਰ ਫਿੱਟੀ ਨਹੀਂ ਗਈ ਸਾਰੇ ਰੈਮ ਰਮ ਜੋ ਰੰਗ ਸਾਰੇ A to Z ਰਿਜਨਲ ਆ ਵੀ ਐਂ ਲੱਗਦਾ ਜਿਵੇਂ ਅੱਜ ਜਾਂਸੀ ਚੋਂ ਨਵਾਂ ਨਿਕਲਿਆ ਹੁੰਦਾ ਉਹ ਸਾਰੀ ਤੁਸੀਂ ਵੇਖੀ ਸਾਹਦੇ ਸੰਭਾਲ ਪੂਰੀ ਹੈ ਇਹਨਾਂ ਦੀ ਤੇ 1300 ਘੰਟੇ ਕੋਲੀ ਚੱਲਿਆ ਹੋਇਆ ਵਾ ਠੀਕ ਹੈ ਜੀ ਮਾਨਸਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਹੈ ਬੰਪਰ ਬੰਪਰ ਲੱਗਾ ਹੋਇਆ 150 ਨੂੰ ਫੋਨ ਤੇ ਦੱਸਿਆ ਜਾਊਗਾ ਮਾਲਕਾਂ ਨੇ ਨੰਬਰ ਥੱਲੇ ਦਿੱਤੇ ਜਾ ਰਹੇ ਨੇ 150 ਨੂੰ ਫੋਨ ਤੇ ਦੱਸਿਆ ਜਾਊਗਾ ਮਾਲਕਾਂ ਨੇ ਨੰਬਰ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਤੇ ਘੱਟ ਕੀਮਤ ਵਾਲੇ ਇਹਨਾਂ ਨੂੰ ਫੋਨ ਨਾਲ ਲਾਉਣ ਜਾਨੀ ਕਿ ਜਿੰਨਾਂ ਦਾ ਹੈਗਾ 4.5 RC ਵਾਲਾ ਪੇਟਾ ਉਹ ਦੂਰ ਰਹਿਣੇ ਤੋਂ ਉਹ ਇਹਨਾਂ ਨੇ ਪਹਿਲਾਂ ਹੀ ਕਿਹਾ ਹੋਇਆ ਤੇ ਅੱਗੇ ਜਿਹੜਾ 855 ਹੁੰਦਾ ਜੀ ਇਹ ਟਰੈਕਟਰ ਦਾ ਮਾਡਲ ਹੈਗਾ 2015 2015 ਮਾਡਲ ਆ ਇਹਦੇ ਦੂਜੇ ਪਾਸੇ ਦੇ ਸਟicker ਆ ਜਿਹੜੇ ਸਟਾਰਾਂ ਵਾਲੇ ਉਹ ਲਏ ਹੋਏ ਨੇ ਟੇਮ ਪੈ ਗਿਆ ਪਹਿਲਾਂ ਦਾ ਪਹਿਲਾਂ ਹੀ ਦੱਸ ਦਿੱ ਗਏ ਸੌਰੀ ਪੀਬੀ 30 ਨੰਬਰ ਦਾ ਟਰੈਕਟਰ ਦਾ ਤੇ 80 ਪੈਸੇ ਨਾਲ ਦੇ ਟਾਇਰ ਹੈ ਟਰੈਕਟਰ ਦੇ 80 ਪੈਸੇ ਨਾਲ ਦੇ ਟਾਇਰਾਂ ਮਾਰਕਿਆਂ ਦੇ ਵਿੱਚ ਦੱਸੇ ਜਾ ਰਹੇ ਨੇ ਪੂਰਾ ਓਕੇ ਪਿਆ ਹੋਇਆ ਵਾ ਪਾਵਰ ਸਟੀering ਦਾ ਟਰੈਕਟਰ ਡਬਲ ਡਿਸਟਿਬਿਊਟਰ ਲੱਗਾ ਹੋਇਆ ਟਰੈਕਟਰ ਨੂੰ ਵਾ ਕੇ ਚਲਾ ਕੇ ਦੇਣ ਦੀ ਪੂਰੀ ਗਾਰੰਟੀ ਤਸੱਲੀ ਵੀਰਾਂ ਵੱਲੋਂ ਦਿੱਤੀ ਗਈ ਆ ਵਾ ਕੇ ਚਲਾ ਕੇ ਚੈੱਕ ਕਰਕੇ ਮਿਸਤਰੀ ਲਿਜਾ ਕੇ ਆਦਾ ਵੇਖ ਸਕਦੇ ਹੋ ਠੀਕ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੋਏਗੀ ਜੀ ਮੀਟਰ ਦੀਆਂ ਫੋਟੋਆਂ ਤੁਹਾਨੂੰ ਦਿਖਾ ਰਹੇ ਹਾਂ 1431 ਘੰਟੇ 31 ਘੰਟੇ ਟਰੈਕਟਰ ਚੱਲਿਆ ਹੋਇਆ ਵਾ ਨੰਬਰ ਤੁਹਾਨੂੰ ਥੱਲੇ ਦੇ ਰਹੇ ਹਾਂ ਆਪਾਂ ਤੇ ਰੇਟ ਤੁਹਾਨੂੰ ਫੋਨ ਤੇ ਦੱਸਿਆ ਜਾਊਗਾ ਇਹਦਾ ਵੀ ਇਹ ਦੋ ਕ ਟਰੈਕਟਰ ਸੀਗੇ ਜਿੰਨਾ ਰੇਟ ਫੋਨ ਤੇ ਆ ਬਾਕੀ ਸਾਰਿਆਂ ਦਾ ਦੱਸਿਆ ਹੋਇਆ ਉਹਨਾਂ ਨੇ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਅੱਗੇ ਜਿਹੜਾ ਆਪਣੇ ਕੋਲ 855 ਹੁੰਦਾ ਜੀ ਇਹ ਹੈਗਾ 2016 ਮਾਡਲ 2016 ਮਾਡਲ 70 ਪੈਸੇ ਨਾਲ ਦੇ ਟਾਇਰ ਹੈ ਇਹਦੇ ਇਹਦੇ 70 ਪੈਸੇ ਨਾਲ ਦੇ ਟਾਇਰ ਆ ਪੂਰਾ ਵਧੀਆ ਪਿਆ ਹੋਇਆ ਟਰੈਕਟਰ ਓਕੇ ਕੰਡੀਸ਼ਨ ਦੇ ਵਿੱਚ ਆ ਪੂਰੀ ਸਾਫ ਸੰਭਾਈ ਵਾਲੀ ਕੰਡੀਸ਼ਨ ਆ ਜੀ ਕੋਈ ਕੰਮ ਨਹੀਂ ਭਾਲਦਾਗਾ ਵਾਹ ਕੇ ਚਲਾ ਕੇ ਦੇਣੀ ਤੇ ਪੂਰੀ ਗਰੰਟੀ ਆ ਸਾਰਾ ਰੰਗ ਰੰਗ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਤੇ ਇਹ ਟਰੈਕਟਰ ਦਾ ਫਿਕਸ ਰੇਟ ਮੰਗਿਆ ਗਿਆ ਜੀ 5,35 ਸੌਰੀ 5,53000 5,53000 ਰੁਪਇਆ ਫਿਕਸ ਰੇਟ ਆ ਠੀਕ ਹੈ ਜੀ ਮੋਗਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਤੇ ਇੱਕ ਮੈਂ ਦੱਸ ਦੇਣਾ ਚਾਹੁੰਦਾ ਭਰਾਓ ਰੇਟ ਸਾਰੇ ਤੁਸੀਂ ਇਹ ਕਹਿ ਰਹੇ ਹੋ ਵੀ ਮੇਰੇ ਚੈਨਲ ਤੇ ਵੱਧਦਾ ਠੀਕ ਹੈ ਤੁਸੀਂ ਮੰਡੀ ਜਾ ਕੇ ਇੱਕ ਵਾਰ ਜਿਹੜਾ ਕੱਟੋ ਫੇਰ ਤੁਹਾਨੂੰ ਪਤਾ ਲੱਗੂਗਾ ਰੇਟ ਦੇ ਬਾਰੇ ਘਰੇ ਬਹਿ ਕੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਮੰਡੀ ਪੈਰ ਧਰੋ ਤੁਹਾਨੂੰ ਪਤਾ ਲੱਗੂ ਤੁਸੀਂ ਕੰਨਾਂ ਨੂੰ ਹੱਥ ਲਾ ਕੇ ਆਓਗੇ ਫੇਰ ਕਹੋਗੇ ਇਹ ਦੂ ਤਾਂ YouTube ਤੋਂ ਲੈ ਲਿਓ ਉਹੀ ਠੀਕ ਨੇ ਤੇ ਹੁਣ ਆਪਾਂ ਅੱਗੇ ਗੱਲ ਕਰ ਦਿੰਦੇ ਹਾਂ 2009 ਮਾਡਲ 855 ਆ ਜਾਂਦਾ ਜੀ ਇਹ ਟਰੈਕਟਰ 2009 ਮਾਡਲ ਆ ਵਿੰਗੇਸ ਵਾਲਾ ਟਰੈਕਟਰ ਆ ਇਹ ਪੂਰਾ ਵਧੀਆ ਪਿਆ ਹੋਇਆ ਬਠਿੰਡਾ ਏਰੀਆ ਵਿੱਚ ਖੜਾ ਹੋਇਆ ਮਾਲਕਾਂ ਨੇ ਯਾਰ ਦੋ ਫੋਟੋ ਆਹੀ ਭੇਜੀਆਂ ਸੀਗੀਆਂ ਸੋ ਆਪਾਂ ਪੂਰੀਆਂ ਦੋ ਫੋਟੋਆਂ ਦੇ ਉੱਪਰ ਡਿਟੇਲ ਦੇ ਰਿਹਾ ਟਾਇਰ ਪੂਰੇ ਚੰਗੇ ਪਏ ਨੇ ਵਧੀਆ ਟਾਇਰ ਨੇ ਹਜੇ ਹੈਗੇ ਆ ਬਈ 60 ਕ ਬਹੇ ਹੈਗੇ ਆ ਹਾਂ 60 ਕ ਬਹੇ ਹੈਗੇ ਆ ਤੇ ਮਗਰਾੜ ਮਗਰੂੜ ਵੀ ਓਕੇ ਪਏ ਆ ਕੋਈ ਜਰਜੂਰ ਨਹੀਂ ਲੱਗੇਗੀ ਮਗਰਾੜਾ ਨੂੰ 10 ਲੱਖ ਤੇ 65000 ਰੁਪਇਆ ਡਿਮਾਂਡ 10,65,000 ਰੁਪਇਆ ਕੀਮਤ ਰੱਖੀ ਗਈ ਹੈ ਤੇ ਇਹਦਾ ਘੱਟ ਕੀਤਾ ਜਾਣਾ ਰੇਟ ਨੰਬਰ ਹੈ ਜਿਹੜਾ ਮਾਲਕਾਂ ਦਾ ਥੱਲੇ ਦਿੱਤਾ ਜਾ ਰਿਹਾ ਮੇਰੇ ਵੱਲੋਂ ਤੁਸੀਂ ਭਰਾਵਾਂ ਨੂੰ ਫੋਨ ਲਾ ਕੇ ਟਰੈਕਟਰ ਦਾ ਰੇਟ ਹੋਰ ਘੱਟ ਵੱਧ ਕਰ ਸਕਦੇ ਹੋ ਮੌਕੇ ਦੇ ਉੱਪਰ ਰੇਟ ਦੇ ਵਿੱਚੋਂ ਇਹ ਟਰੈਕਟਰ ਦੇ ਐਡਵੈਸਟਮੈਂਟ ਹੋ ਜੂਗੀ ਕੋਈ ਕੰਮ ਟਰੈਕਟਰ ਨਹੀਂ ਭਾਲਦਾਗਾ ਓਕੇ ਗੱਡ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਬਕਾਊ ਕੀਤਾ ਹੋਇਆ ਭਰਾਵਾਂ ਨੇ ਤੇ ਅੱਗੇ ਆਪਣੇ ਕੋਲ ਅਸੀਂ ਸੇਲ ਦੇ ਵਿੱਚ ਆ ਜਾਂਦਾ ਜੀ 960 ਤੇ ਸਿਰਫ 1 ਹੀ ਸੀਗਾ ਵਿੱਚ 960 ਪਾਇਆ ਹੋਇਆ ਬਾਕੀ ਸਾਰੇ 855 ਹੀ ਨਹੀਂ ਇਹ ਟਰੈਕਟਰ 2000 ਹੈਗਾ ਜੀ 17 ਮਾਡਲ ਇਹ ਟਰੈਕਟਰ 2017 ਮਾਡਲ ਆ ਇਹਦੇ 85 ਪੈਸੇ ਨਾਲ ਦੇ ਟਾਇਰ ਆ ਮਾਰਕਿਆਂ ਦੇ ਵਿੱਚ ਸ਼ੋ ਸਟਾਰ ਆ ਸ਼ੋ ਦੇ ਉੱਪਰ ਸਟਾਰ ਲੱਗੇ ਹੋਏ ਨੇ ਟਰੈਕਟਰ ਦੇ ਬੰਪਰ ਬੰਪਰ ਲੱਗਾ ਹੋਇਆ ਟਰੈਕਟਰ ਨੂੰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ 1150 ਘੰਟੇ ਟਰੈਕਟਰ ਚੱਲਿਆ ਹੋਇਆ ਤੇ ਹੁਣ ਸੋਨੂੰ 960 ਨਵਾਂ ਨਹੀਂ ਮਤਲਬ ਬੰਦ ਹੀ ਆ ਸੀਆਰਡੀਆ ਹੀ ਹੋਣਗੇ ਸੀਆਰਡੀਆ ਟ్రਾਇਲ ਤੇ ਇਹਦੇ ਤੇ ਆ 960 ਦੇ ਟ్రਾਇਲ ਤੇ ਚੜੇ ਹੋਏ ਨੇ ਪੀਵੀ 13 ਨੰਬਰ ਆ ਟਰੈਕਟਰ ਦਾ ਤੇ ਕੀਮਤ ਰੱਖੀ ਗਈ ਹੈ ਜੀ 5 ਲੱਖ ਤੇ 35000 5 ਲੱਖ 35000 ਰੁਪਇਆ ਮੁੱਲ ਮੌਕੇ ਦੇ ਉੱਪਰ ਲੈਸ ਹੋ ਜਾਊਗਾ ਨੇ ਨੰਬਰ ਮਾਲਕਾਂ ਦਾ ਥੱਲੇ ਦੇ ਰਹੇ ਆਂ ਫੋਨ ਕਰਕੇ ਸੰਪਰਕ ਕਰਕੇ ਮਾਲਕ ਵੀਰਾਂ ਦੇ ਨਾਲ ਟਰੈਕਟਰ ਦਾ ਸੌਦਾ ਮਾਰ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਜਿਨ੍ਹਾਂ ਨੇ ਟਰੈਕਟਰ ਲੈਣਾ ਹੋਵੇ ਜਿਨ੍ਹਾਂ ਨੂੰ ਟਰੈਕਟਰ ਵਧੀਆ ਲੱਗਦਾ ਹੋਵੇ ਪੂਰਾ ਓਕੇ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਸੇਲ ਦੇ ਲਈ ਆਇਆ ਹੋਇਆ ਜੀ ਤੇ ਜਿਹੜਾ ਅੱਗੇ ਟਰੈਕਟਰ ਆਉਂਦਾ ਜੀ 855 ਦੇ ਵਿੱਚ ਇਹ ਹਰਿਆਣੇ ਵਾਲੀ ਵੀਰਾਂ ਵਾਸਤੇ ਵਧੀਆ ਰਹੂਗਾ ਕਿਉਂਕਿ ਹਰਿਆਣਾ ਨੰਬਰ 2014 ਮਾਡਲ ਹੈ ਇਹ ਤੇ ਖਰਿਆਣਾ ਨੰਬਰ ਆ ਪਾਵਰ ਸਟੀਅਰਿੰਗ ਅ ਡਬਲ ਡਿਸਟਰੀਬਿਊਟਰ ਲੱਗਾ ਹੋਇਆ ਟਰੈਕਟਰ ਨੂੰ ਤੇ 65 ਪੈਸੇ ਨਾਲ ਦੇ ਟਾਇਰ ਆ 65 ਪੈਸੇ ਨਾਲ ਦੇ ਟਾਇਰ ਆ ਇੰਜਨ ਤਾਂ ਮੇਰੇ ਹਿਸਾਬ ਨਾਲ ਸਿੰਪਲ ਹੀ ਆ ਸਿੰਪਲ ਹੀ ਆ ਇੰਜਨ ক্লোਜ਼ ਕਰਤਾ ਨਹੀਂ ਹੈਗਾਗਾ ਪਰ ਡਿਮਾਂਡ ਯਾਨੀ ਕਿ ক্লোਜ਼ ਕਰ ਵਾਲੀ ਹੀ ਆ ਤੇ ਬਠਿੰਡਾ ਏਰੀਆ ਵਿੱਚ ਟਰੈਕਟਰ ਖੜਾ ਹੋਇਆ ਵਾ ਤੇ ਮਗਰਾੜਾ ਨੂੰ ਟੇਪ ਟੂਬ ਜੀ ਕੀਤੀ ਹੋਈ ਆ ਭਰਾਵਾਂ ਦੀ ਠੀਕ ਹੈ ਜੀ ਬੰਪਰ ਬੰਪਰ ਲੱਗਾ ਹੋਇਆ ਟਰੈਕਟਰ ਨੂੰ ਅੱਗੇ ਤੇ ਐਕੋ ਜਿਹੜੇ ਸੈਂਸ ਵਾਲੇ ਆਉਂਦੇ ਹੁੰਦੇ ਆ ਉਹ ਲੱਗੇ ਹੋਏ ਉਹਦਾ ਕੋਈ ਕੰਪਨੀ ਚੋਂ ਮਿਲ ਜਾਂਦਾ ਸਟicker ਉਹ ਵੈਸੀ ਲਵਾਏ ਹੋਏ ਨੇ ਇਹਨਾਂ ਦੇ ਤੇ ਹਰਿਆਣਾ ਨੰਬਰ ਆ ਬਠਿੰਡਾ ਏਰੀਆ ਵਿੱਚ ਖੜਾ ਹੋਇਆ ਜੀ 475000 ਰੁਪਿਆ ਕੀਮਤ ਆ ਠੀਕ ਹੈ ਜੀ 475000 ਰੁਪਿਆ ਕੀਮਤ ਆ ਸੋ ਯਾਰ ਮੈਂ ਆਖਰ ਤੇ ਇਹ ਹੀ ਕਹੂੰਗਾ ਇਹ ਟਰੈਕਟਰ ਪਾ ਕੇ ਯਾਰ ਤੁਸੀਂ ਰੇਟ ਇੰਨਾ ਨਾ ਮੰਗਿਆ ਕਰੋ ਕਦੇ ਵਾਸਤੇ ਵੀ ਹਰਿਆਣਾ ਨੰਬਰ ਤਾਂ ਵੈਸੇ ਵੀ ਇੰਨੇ ਦਾ ਹੁੰਦਾ ਹੀ ਨਹੀਂਗਾ ਪੰਜਾਬ ਦੇ ਵਿੱਚ ਤਾਂ ਵੈਸੇ ਵੀ ਨਹੀਂ ਹੈਗਾਗਾ ਚਲੋ ਹਰਿਆਣੇ ਹੁਰੜੇ ਚ ਭਲਾ ਲੈ ਲੈਣ ਤੇ ਹੁਣ ਇਹ ਟਰੈਕਟਰ ਇੱਕ ਹਸਾ ਦਾ ਵੀ ਕਹਿ ਲਓ ਵੀ ਅੜਿਆਣਾ ਕੰਮ ਆ ਵੀ ਅੜ ਕੇ ਹੀ ਵਿਖੂਗਾ ਜੇ ਵੱਖ ਵੀ ਗਿਆ ਪਹਿਲੀ ਗੱਲ ਆ ਛੇਤੀ ਵਿਖਣਾ ਹੀ ਨਹੀਂ ਇਹ ਤੇ ਦੂਜੇ ਜ਼ਰੂਰ ਵੇਖ ਜਾਣਗੇ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਰੇਟ ਮੰਗੋ ਹੀ ਨਾ ਹਰ ਇੱਕ ਯਾਰ ਰੇਟ ਮੰਗਣ ਦਾ ਹੱਕ ਹੁੰਦਾ ਆ ਦੀ ਚੀਜ਼ ਹੁੰਦੀ ਆ ਪਰ ਥੋੜਾ ਯਾਨੀ ਕਿ ਠੀਕ ਠਾਕ ਜਾ ਜਾਇਦ ਜਾਂ ਮੁੱਲ ਤੇ ਅੱਗੇ ਆਇਆ ਜਾਂਦਾ ਜੀ 855 2002 ਮਾਡਲ ਇਹ ਟਰੈਕਟਰ 2002 ਮਾਡਲ ਆ ਵਿੰਗੇ ਹਸੇ ਵਾਲਾ ਜੀ ਬੰਪਰ ਬੰਪਰ ਲੱਗਾ ਹੋਇਆ ਵਾ ਪੂਰਾ ਓਕੇ ਆ ਸਾਰਾ ਟਰੈਕਟਰ ਸ਼ੋ ਸ਼ੂ ਦਾ ਸਾਰਾ origignal ਆ ਰੰਗ ਰੰਗ ਓਕੇ ਪਿਆ ਹੋਇਆ ਸਾਰਾ ਟਰੈਕਟਰ ਫੁੱਲ ਫੁੱਲੀ ਓਕੇ ਆ ਕੋਈ ਕੰਮ ਨਹੀਂ ਪਾਲਦਾਗਾ ਤੇ ਇਹਨਾਂ ਮਾਡਲਾਂ ਤੋਂ ਨੂੰ ਟਰੈਕਟਰ ਵੀ ਮਿਲ ਲੈਣੀ ਕਿਉਂਕਿ ਪ੍ਰੋਡਕਸ਼ਨ ਬਹੁਤ ਘਟ ਗਈ ਸੀ ਕੰਪਨੀ ਘਟ ਜ ਗਈ ਸੀ ਇਹ ਵਾਲੇ ਸਾਲਾਂ ਦੇ ਵਿੱਚ 2006 ਤੱਕ ਤੇ 80 ਪੈਸੇ ਟਾਇਰ ਆ ਟਰੈਕਟਰ ਦੇ ਬਠਿੰਡਾ ਏਰੀਆ ਵਿੱਚ ਖੜਾ ਹੋਇਆ 2,60,000 ਰੁਪਇਆ ਕੀਮਤ ਰੱਖੀ ਗਈ ਆ ਨੰਬਰ ਮਾਲਕਾਂ ਦੇ ਥੱਲੇ ਆ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਐਨ ਗਾਰੰਟੀ ਐ ਤਸੱਲੀ ਹੈਗੀ ਆ ਕੋਈ ਕੰਮ ਟਰੈਕਟਰ ਨਹੀਂ ਭਾਲਦਾਗਾ ਭਰਾਵਾਂ ਨੇ ਦੱਸਣ ਅਨਸਾਰ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ 855 ਦੇ ਵਿੱਚ 2015 ਮਾਡਲ ਇਹ ਟਰੈਕਟਰ 855 ਦੇ ਵਿੱਚ 2015 ਮਾਡਲ ਬੰਪਰ ਬੰਪਰ ਲੱਗਾ ਹੋਇਆ ਟਰੈਕਟਰ ਨੂੰ ਪਾਵਰ ਸਟੀering ਡਬਲ ਡਿਸਟਿਬਿਊਟਰ ਖੁੱਲੇ ਖੁੱਲਾ ਡੋਲਾ ਯਾਰ ਬੰਦਾ ਬਹਿੰਦਾ ਇੰਨਾ ਤੇ ਇੱਕ ਗੱਲ ਮੰਨਣ ਵਾਲੀ ਆ ਵੀ ਆ ਹੀ ਨਹੀਂ ਹੈਗਾ ਵੀ ਭੀੜਾ ਜਾ ਹੋਰੀ ਮਿੱਡਾ ਜਾ ਬਣ ਕੇ ਬੈਠਾ ਰਹੂਗਾ 855 ਬੰਦਾ ਆ ਨਾ ਖੁੱਲ ਕੇ ਬਹਿੰਦਾ 963 ਦੇ ਵਿੱਚ ਵੀ ਆਈਆਂ 963 ਦੇ ਭੈ ਕਹਿਣੀ ਕਹਣੇ ਆ ਮਾਰਕੀਟ ਹਲਾ ਕੇ ਰੱਖੀਆ ਪਤੰਦਰ ਨੇ ਪੀਵੀ ਨੰਬਰ ਆ ਟਰੈਕਟਰ ਇਹ ਤੇ ਸੁਨਾਮ ਏਰੀਏ ਵਿੱਚ ਟਰੈਕਟਰ ਖੜਾ ਹੋਇਆ ਤੁਸੀਂ ਮਗਰਲੇ ਸਿਰੀਆਂ ਫੋਟੋਆਂ ਵੇਖ ਸਕਦੇ ਹੋ ਮਗਰਾੜ ਮਗਰੂੜ ਓਕੇ ਪਏ ਹੋਏ ਨੇ ਚੰਗੀ ਹਾਲਤ ਦੇ ਵਿੱਚ ਆ ਕੋਈ ਜਰਜੋਰ ਨਹੀਂ ਖਾਦੀ ਹੋਈਗੀ ਤੇ ਇਹ ਟਰੈਕਟਰ ਦੀ ਕੀਮਤ ਆ ਪੂਰੀ ਐਨ ਅਜਾਜ 5 ਲੱਖ ਰੁਪਈਆ ਪੂਰੀ 5 ਲੱਖ ਮੰਗਦੇ ਪਏ ਨੇ ਓਕੇ ਆ ਯਾਰ ਇੰਨੀ ਕਿ ਡਿਮਾਂਡ ਚਾਹੀਦੀ ਆ ਹਰ ਇੱਕ ਦੀ ਵੀ 15 ਕ ਮਾਡਲ ਯਾਰ ਵੱਤੋ ਉਹਦੇ 5 20 ਬੂ ਮੰਗ ਲਿਆ ਕਰੋ ਵੀ ਮੂਲੋਂ ਜਿਆਦਾ 40 50 ਹਨਾ ਫਿਰ ਟਰੈਕਟਰ ਵੇਖਦਾ ਆਉਣੀ ਨਾ ਅੱਗਿਓ ਕੋਈ ਲੈਂਦਾ ਤੇ ਅਕਬਰ ਬਾਅਦ ਸਾਨੂੰ ਵੀ ਪਾਉਣ ਨੂੰ ਹੋ ਰਹੀ ਹੁੰਦਾ ਪਰ ਹੁਣ ਕੀ ਕਰੀਏ ਵੀ ਸਾਡਾ ਨੱਤ ਦਾ ਕੰਮ ਹੁਣ ਤਾਂ ਪਾਉਣੀ ਹੀ ਪੈਂਦੇ ਆ ਤੇ ਬਾਅਦ ਚ ਬੰਦਾ ਨਹੀਂ ਤਾਂ ਗੁੱਸਾ ਕਰਦਾ ਵਾ ਤੇ ਹੁਣ ਜੇ ਅਗਲੇ ਨੂੰ ਕਰੀਏ ਬਾਈ ਪੈਸੇ ਲੈਨੇ ਅਸੀਂ ਤਾਂ ਪੈਸੇ ਲਵਾਂਗੇ ਜੇ ਤੇਰਾ ਵੱਧ ਰੇਟ ਆਲਾ ਵਾ ਫਿਰ ਅਗਲਾ ਕਹਿੰਦਾ ਯਾਰ ਤੂੰ ਤਾਂ ਪੈਸੇ ਲੈਣ ਤੇ ਹੋਇਆ ਪਿਆ ਉਹ ਹੁਣ ਗੱਡੀ ਵਾਲਾ ਕੰਮ ਆ ਉਹ ਤੇ ਮੈਂ ਕਹਿੰਦਾ ਹੁੰਦਾ ਵੀ ਪੈਸੇ ਲੈ ਕੇ ਐਡਾ ਪਾਉਂਦੇ ਆ ਉਹ ਇੱਕ ਜਣੇ ਨੇ ਕਮੈਂਟ ਆ ਕਹਿੰਦਾ ਸਬਸਕ੍ਰਾਈਬਰ ਤੇਰੇ 8000 ਆ 5000 ਆ ਕਹਿੰਦਾ ਰੁਪਈਆ ਦੂਸ 5500 ਪਾ ਹਾਲਦਾ ਵੀ ਹੋਰ ਅਹੀ ਕਰੀਏਗੀ ਤੇ ਹਾਂ ਜਿਹੜਾ ਅੱਗੇ ਆਪਣੇ ਕੋਲ ਟਰੈਕਟਰ ਆਉਂਦਾ ਨਾ ਭਰਾਵਾ WhatsApp 55 ਦੇ ਵਿੱਚ ਹੈਗਾ 2013 ਮਾਡਲ ਠੀਕ ਹੈ 2013 ਮਾਡਲ ਪੰਜ ਰੱਤੀ ਰੈਮ ਵਾਲਾ ਵਾ ਵੱਡੇ ਟਾਇਰ ਨੇ ਤੇ ਪਾਵਰ ਸਟੀਅਰਿੰਗ ਆ ਟਰੈਕਟਰ ਡਬਲ ਡਿਸਟ੍ਰਿਬਿਊਟਰ ਸ਼ਾਇਦ ਲੱਗਾ ਹੋਇਆ ਇਹਨੂੰ ਡਬਲ ਡਿਸਟ੍ਰਿਬਿਊਟਰ ਵੀ ਮਾਲਕਾਂ ਨੇ ਪੁੱਛ ਲਿਆ ਮੈਂ ਤਾਂ ਫੋਟੋਆਂ 'ਚ ਕਿਉਂਕਿ ਮਗਰਲੇ ਇਸ ਦੀ ਫੋਟੋ ਸ਼ਾਇਦ ਇਹਨੂੰ ਭੇਜੀ ਨਹੀਂ ਸੀ ਭਰਾਵਾਂ ਨੇ ਪਤਾ ਨਹੀਂ ਲੱਗਾ ਇਹਨਾਂ ਤੇ ਵੈਸੇ ਲਿਖਿਆ ਹੋਇਆ ਹੈ ਸੀ ਵੀ ਡਬਲ ਡਿਸਟ੍ਰਿਬਿਊਟਰ ਤੇ ਬਠਿੰਡਾ ਏਰੀਆ ਵਿੱਚ ਖੜਾ ਹੋਇਆ 85 ਪੈਸੇ ਟਾਇਰ ਦੱਸਦੇ ਪਏ ਸੀਗੇ ਬਾਕੀ ਬੰਪਰ ਨੂੰ ਸੰਗਲੀਆਂ-ਸੁਗਲੀਆਂ ਹੀ ਲੱਗੀਆਂ ਹੋਈਆਂ ਅੱਗੇ ਸੋਹਣਾ ਲੱਗਦਾ ਟਰੈਕਟਰ ਪੂਰਾ ਖੜਾ ਹੋਇਆ ਬਾਹ ਕੇ ਚਲਾ ਕੇ ਦੇਣ ਦੀ ਪੂਰੀ ਗਰੰਟੀ ਹਾਂਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਟਰੈਕਟਰ ਨੂੰ ਤੇ ਬਠਿੰਡਾ ਏਰੀਆ ਵਿਖੇ ਆ 4,65,000 ਰੁਪਇਆ ਮੁੱਲ 4,65,000 ਰੁਪਇਆ ਮੁੱਲ ਰੱਖਿਆ ਗਿਆ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਨੰਬਰ ਆ ਜੋ ਵੀ ਭਰਾਵਾਂ ਦੇ ਆਪਾਂ ਥੱਲੇ ਦੇ ਰਹੇ ਹਾਂ ਤੇ ਫੋਨ ਕਰਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਤੇ ਹਰ ਇੱਕ ਮਾਲਕ ਦੇ ਨੰਬਰ ਦਿੱਤੇ ਹੁੰਦੇ ਨੇ ਜਣ ਕਿ ਕੋਈ ਨਹੀਂ ਹੁੰਦਾ ਵੀ ਅਸੀਂ ਮਾਲਕਾਂ ਦੇ ਨੰਬਰ ਨਹੀਂ ਦਿੰਦੇ ਹਰ ਇੱਕ ਭਰਾ ਦੇ ਨੰਬਰ ਦਿੱਤੇ ਹੁੰਦੇ ਨੇ ਸਾਡੇ ਵੱਲੋਂ ਅੱਗੇ ਆ ਜਾਂਦਾ ਜੀ 855 ਦੇ ਵਿੱਚ 2019 ਮਾਡਲ 2019 ਮਾਡਲ ਆ ਜਾਂਦਾ ਟਰੈਕਟਰ ਪੂਰਾ ਓਕੇ ਪਿਆ ਹੋਇਆ ਸਾਫ ਹਾਲਤ ਰੇ ਵਿੱਚ ਆ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਪੂਰਾ ਓਕੇ ਵਾ ਕੇ ਚਲਾ ਕੇ ਦੇਣ ਦੀ ਪੂਰੀ ਤਸੱਲੀ ਗਾਰੰਟੀ ਆ ਭਰਾਵਾਂ ਦੇ ਵੱਲੋਂ ਕੋਈ ਕੰਮ ਨਹੀਂ ਭਾਲਦਾਗਾ ਪੂਰਾ ਸਾਫ ਸੋਹਣਾ ਪਿਆ ਹੋਇਆ ਵਾ ਟਰੈਕਟਰ ਤੇ 90 ਪੈਸੇ ਨਾਲ ਦੇ ਟਾਇਰ ਆ 710 ਕਿੰਟ ਦੇ ਟਰੈਕਟਰ ਚੱਲਿਆ ਹੋਇਆ ਆ ਆਈ ਪੀ 2 ਆ 16 ਦੇ ਟਾਇਰ ਤੇ ਸੰਗਰੂਰ ਏਰੀਏ ਵਿੱਚ ਖੜਾ ਹੋਇਆ ਵਾ ਤੇ ਆ ਤੁਸੀਂ ਮਗਰਲੇ ਇਸਾ ਥੋੜਾ ਬਹੁਤਾ ਆ ਵੇਖ ਲਓ ਠੀਕ ਹੈ ਜੀ ਓਕੇ ਪਿਆਹਾ ਪਾਵਰ ਸਟੀਅਰਿੰਗ ਆ ਡਬਲ ਡੈਸਟਰੀਬਿਊਟਰ ਆ ਹੈਵੀ ਬੰਪਰ ਲੱਗਾ ਹੋਇਆ ਵਾ ਕੋਈ ਕੰਮ ਨਹੀਂ ਭਾਲਦਾਗਾ 6,25,000 ਰੁਪਿਆ ਮੁੱਲ ਰੱਖਿਆ ਗਿਆ ਵਾ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਉਹਨੇ ਕਦਾ ਬਣ ਜਾਊਗਾ ਜਿੰਨੇ ਕੁ ਮਾਰਕੀਟ ਹੁੰਦੀ ਹੈ ਜੀ ਨੰਬਰ ਮਾਲਕਾਂ ਦੇ ਥੱਲੇ ਸ਼ੋ ਹੋਂਦੇ ਪਏ ਹੋਣਗੇ ਤੁਹਾਨੂੰ ਫੋਨ ਕਰਕੇ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਤੇ ਅੱਗੇ ਆਪਣੇ ਕੋਲ ਜਿਹੜਾ 855 ਆਉਂਦਾ ਜੀ ਇਹ ਆ ਪਾਇਆ ਪਹਿਲਾਂ ਵੀ ਆ ਯਾਰ ਹੋਰ ਮਤੋਂ ਇੱਕ ਗਲਤੀ ਹੋ ਗਈ ਸੀ ਨੰਬਰ ਥੋੜਾ ਗਲਤ ਪੈ ਗਈ ਭਰਾਵਾਂ ਦਾ ਤੇ ਟਰੈਕਟਰ ਦਾ ਮਾਡਲ ਹੈਗਾ 2020 ਮਾਡਲ ਆ ਇਹ 460 ਘੰਟੇ ਚੱਲਿਆ ਹੋਇਆ ਜੀ ਟਰੈਕਟਰ ਤੇ 90 ਤੋਂ 95 ਪੈਸੇ ਟਾਇਰ ਨੇ ਨਾਲ ਦੇ ਟਰੈਕਟਰ ਦੇ 90 ਤੋਂ 95 ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਪੂਰਾ ਓਕੇ ਪਿਆ ਹੋਇਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਰੈਕਟਰ ਤੇ IPDO ਰਿਵਰਸ ਪੀਡੋ ਬਾਦੂ ਪੀਡੋ ਤੋਂ ਬਸ ਪਤਾ ਨਹੀਂ ਗਾਹੀ ਪਾਇਆ ਪਿਆ 855 ਦੇ ਵਿੱਚ ਪੀਟੀਓ ਦੀ ਤਾਂ ਜਾਨ ਹੀ ਆ ਬਸ ਇਹ ਤੂੜੀ ਵਾਲੀ ਮਸ਼ੀਨ ਨੂੰ ਕੰਪੈਨਾਂ ਨੂੰ ਇਹਨਾਂ ਨੇ ਕਾਮਯਾਬ ਕੀਤਾ 611 ਨੇ ਤੇ ਅਕੇ ਨੇ ਹੋਰ ਕੋਈ ਟਰੈਕਟਰ ਮਾਂ ਦਾ ਪੁੱਤ ਨਹੀਂ ਜੰਮਿਆ ਇਹਨਾਂ ਦੇ ਮੂਰੇ ਵੀ ਜਿਹੜਾ ਪੀਟੀਓ ਦੇ ਉੱਪਰ ਇਹਨਾਂ ਦਾ ਮੁਕਾਬਲਾ ਕਰ ਜੂਗਾ ਤੇ 744 ਤਾਂ ਬਸ ਸਰੇਈ ਆ ਪੀਟੀਓ ਤੇ 6,60,000 ਰੁਪਿਆ ਮੁੱਲ ਰੱਖਿਆ ਗਿਆ ਟਰੈਕਟਰ ਦਾ ਨੰਬਰ ਥੱਲੇ ਦੇ ਰਹੇ ਆ ਮਾਲਕਾਂ ਦਾ ਫੋਨ ਕਰਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਜੇ ਤੁਹਾਨੂੰ ਟਰੈਕਟਰ ਵਧੀਆ ਲੱਗਦਾ ਹੋਇਆ ਮਾਲਕਾਂ ਨਾਲ ਗੱਲਬਾਤ ਕਰ ਲਿਓ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਦੇ ਲਈ